ਉਮ ਸ਼ੰਤੀ ਅੱਜ 25 10 2023 ਦੀ ਬਾਣੀ ਹੈ। ਬਾਬਾ ਆਖਦੇ ਨੇ ਮਿੱਠੇ ਬੱਚੇ ਤੁਸੀਂ ਬੇਹਦ ਦੇ ਬਾਪ ਨੂੰ ਯਾਦ ਕਰੋ। ਇਸ ਵਿੱਚ ਹੀ ਗਿਆਨ, ਭਗਤੀ ਅਤੇ ਬੈਰਾਗ ਤਿੰਨੋਂ ਸਮਾਇਆ ਹੋਇਆ ਹੈ। ਇਹ ਹੈ ਨਵੀਂ ਪੜਾਈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ। ਸੰਗਮ ਤੇ ਗਿਆਨ ਤੇ ਯੋਗ ਦੇ ਨਾਲ ਨਾਲ ਭਗਤੀ ਵੀ ਚਲਦੀ ਹੈ ਕਿਵੇਂ? ਅੱਜ ਬਾਬਾ ਦਾ ਉੱਤਰ ਹੈ। ਅਸਲ ਵਿੱਚ ਯੋਗ ਨੂੰ ਭਗਤੀ ਵੀ ਕਹਿ ਸਕਦੇ ਹਾਂ ਕਿਉਂਕਿ ਤੁਸੀਂ ਬੱਚੇ ਅਭਿਆ ਵਿਚਾਰੇ ਯਾਦ ਵਿੱਚ ਰਹਿੰਦੇ ਹੈ ਤੁਹਾਡੀ ਇਹ ਯਾਦ ਗਿਆਨ ਸਹਿਤ ਹੈ ਇਸ ਲਈ ਇਸ ਨੂੰ ਯੋਗ ਕਿਹਾ ਗਿਆ ਹੈ ਦੁਆਪਰ ਤੋਂ ਸਿਰਫ ਭਗਤੀ ਹੁੰਦੀ ਗਿਆਨ ਨਹੀਂ ਹੁੰਦਾ ਇਸ ਲਈ ਉਸ ਭਗਤੀ ਨੂੰ ਯੋਗ ਨਹੀਂ ਕਿਹਾ ਜਾਂਦਾ ਉਸ ਵਿੱਚ ਕੋਈ ਏਮ ਆਬਜੈਕਟ ਨਹੀਂ ਹੈ ਹੁਣ ਤੁਸੀਂ ਗਿਆਨ ਵੀ ਤੁਹਾਨੂੰ ਗਿਆਨ ਵੀ ਮਿਲਦਾ ਹੈ ਯੋਗ ਵੀ ਕਰਦੇ ਫਿਰ ਤੁਹਾਡਾ ਬੇਹਦ ਇਸ ਸ੍ਰਿਸ਼ਟੀ ਨਾਲ ਵੈਰਾਗ ਵੀ ਹੈ ਜੀਤੇ ਕਿਸੇ ਨੇ ਆਪਣਾ ਬਣਾ ਕੇ ਹਮੇ ਜੀਣਾ ਸਿਖਾ ਦਿਆ ਉਹ ਸ਼ਾਂਤੀ ਬੇਹਦ ਦਾ ਬਾਪ ਸਮਝਾਉਂਦੇ ਹੈ ਸ਼ਾਸਤਰਾਂ ਦੀ ਪੜਾਈ ਉਹ ਕੋਈ ਪੜਾਈ ਨਹੀਂ ਹੈ ਕਿਉਂਕਿ ਸ਼ਾਸਤਰਾਂ ਦੀ ਪੜਾਈ ਦਾ ਕੋਈ ਇਮ ਆਬਜੈਕਟ ਨਹੀਂ ਹੈ ਸ਼ਾਸਤਰਾਂ ਤੋਂ ਕੋਈ ਦੁਨੀਆ ਦਾ ਪਤਾ ਨਹੀਂ ਰਹਿੰਦਾ ਹੈ ਅਮਰੀਕਾ ਕਿੱਥੇ ਹੈ ਕਿਸ ਨੇ ਲੱਭਿਆ ਇਹ ਗੱਲਾਂ ਸ਼ਾਸਤਰਾਂ ਵਿੱਚ ਨਹੀਂ ਹੈ ਕਹਿੰਦੇ ਹੈ ਫੁਲਾਨੇ ਨੇ ਲੱਭੀ ਦੂਸਰੇ ਇਲਾਕੇ ਲੱਭਦੇ ਹੈ ਆਪਣੇ ਰਹਿਣ ਲਈ ਵੇਖਿਆ ਮਨੁੱਖ ਬਹੁਤ ਹੋ ਗਏ ਹੈ ਰਹਿਣ ਲਈ ਜ਼ਮੀਨ ਤਾਂ ਚਾਹੀਦੀ ਹੈ ਨਾ ਹੁਣ ਇਹ ਸਭ ਗੱਲਾਂ ਪੜਾਈ ਦੀਆਂ ਹੈ ਉਸ ਨੂੰ ਐਜੂਕੇਸ਼ਨ ਕਿਹਾ ਜਾਂਦਾ ਹੈ ਤੁਹਾਡਾ ਵੀ ਇਹ ਐਜੂਕੇਸ਼ਨ ਹੈ ਇਸ ਨੂੰ ਆਸ਼ਰਮ ਕਹੋ ਜਾਂ ਇੰਸਟੀਚੂਟ ਕਹੋ ਜਾਂ ਯੂਨੀਵਰਸਿਟੀ ਕਹੋ ਇਸ ਵਿੱਚ ਸਭ ਆ ਜਾਂਦਾ ਹੈ ਉਸ ਪੜ੍ਹਾਈ ਦੇ ਨਕਸ਼ੇ ਆਦਿ ਹੋਰ ਹੈ ਸ਼ਾਸਤਰਾ ਤੋਂ ਰੋਸ਼ਨੀ ਨਹੀਂ ਮਿਲਦੀ ਪੜ੍ਹਾਈ ਨਾਲ ਰੋਸ਼ਨੀ ਮਿਲਦੀ ਹੈ ਪੜ੍ਹਾਈ ਤੁਹਾਡੀ ਵੀ ਪੜ੍ਹਾਈ ਹੈ ਬੇਕੁੰਡ ਕਿਸ ਨੂੰ ਕਿਹਾ ਜਾਂਦਾ ਹੈ ਇਹ ਨਾ ਉਸ ਪੜ੍ਹਾਈ ਵਿੱਚ ਹੈ ਨਾ ਸ਼ਾਸਤਰਾ ਦੀ ਪੜ੍ਹਾਈ ਵਿੱਚ ਹੈ ਇਹ ਨੌਲੇਜ ਹੀ ਨਵੀਂ ਹੈ ਜੋ ਇੱਕ ਬਾਪ ਹੀ ਦੱਸਦੇ ਹੈ ਮਨੁੱਖਤਾ ਕਹਿ ਦਿੰਦੇ ਸਵਰਗ ਨਰਕ ਇੱਥੇ ਹੀ ਹੈ ਬਾਪ ਹੀ ਸਮਝਾਉਂਦੇ ਹੈ ਸਵਰਗ ਨਰਕ ਕਿਸ ਨੂੰ ਕਿਹਾ ਜਾਂਦਾ ਹੈ ਇਹ ਗੱਲਾਂ ਨਾ ਸ਼ਾਸਤਰਾਂ ਵਿੱਚ ਹੈ ਨਾ ਉਸ এডਿਕੇਸ਼ਨ ਵਿੱਚ ਹੈ ਤਾਂ ਨਵੀਆਂ ਗੱਲਾਂ ਹੋਣ ਦੇ ਕਾਰਨ ਮਨੁੱਖ મૂਝੇ ਹੈ ਕਹਿੰਦੇ ਹੈ ਅਜਿਹਾ ਗਿਆਨ ਤੇ ਕਦੇ ਸੁਣਿਆ ਨਹੀਂ ਇਹ ਤਾਂ ਨਵੀਆਂ ਵੰਡਰਫੁਲ ਗੱਲਾਂ ਹੈ ਜੋ ਕਦੇ ਕਿਸੇ ਨੇ ਨਮੀ ਨਹੀਂ ਸੁਣਾਈਆਂ ਹੈ ਹੈ ਵੀ ਬਰੋਬਰ ਨਵੀਆਂ ਗੱਲਾਂ ਨਾ ਉਸ এডਿਕੇਸ਼ਨ ਵਾਲੇ ਸੁਣਾ ਸਕਦੇ ਨਸ ਨਿਆਸੀ ਆਦੀ ਸੁਣਾ ਸਕਦੇ ਇਸ ਲਈ ਪਰਮ ਪਿਤਾ ਪਰਮਾਤਮਾ ਨੂੰ ਹੀ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਬਿਹਦੀ ਹਿਸਟਰੀ ਜੀਓਗ੍ਰਾਫੀ ਵੀ ਸਮਝਾਉਂਦੇ ਹੈ ਗਿਆਨ ਨਾਲ ਸਵਰਗ ਅਤੇ ਨਰਕ ਦਾ ਵਿਸਤਾਰ ਵੀ ਸੁਣਾਉਂਦੇ ਹੈ ਇਹ ਨਵੀਆਂ ਗੱਲਾਂ ਹੈ ਨਾ ਇਸ ਪੜਾਈ ਵਿੱਚ ਸਭ ਗਿਆਨ ਸਭ ਕੁਝ ਹੈ ਗਿਆਨ ਵੀ ਹੈ ਯੋਗ ਵੀ ਹੈ ਪੜਾਈ ਵੀ ਹੈ ਭਗਤੀ ਵੀ ਹੈ ਯੋਗ ਨੂੰ ਭਗਤੀ ਵੀ ਕਹਿ ਸਕਦੇ ਹਾਂ ਕਿਉਂਕਿ ਇੱਕ ਦੇ ਨਾਲ ਯੋਗ ਲਗਾਉਣਾ ਉਹਨਾਂ ਨੂੰ ਯਾਦ ਕਰਨਾ ਹੁੰਦਾ ਹੈ ਉਹ ਭਗਤ ਲੋਕ ਵੀ ਯਾਦ ਕਰਦੇ ਹੈ ਪੂਜਾ ਕਰਦੇ ਹੈ ਗਾਉਂਦੇ ਹੈ ਉਹ ਭਗਤੀ ਕਰਨਾ ਕੋਈ ਯੋਗ ਨਹੀਂ ਕਹਾਂਗੇ ਸਮਝੋ ਜਿਵੇਂ ਮੀਰਾ ਸੀ ਸ਼੍ਰੀ ਕ੍ਰਿਸ਼ਨ ਦੇ ਨਾਲ ਯੋਗ ਲਗਾਉਂਦੀ ਸੀ ਉਹਨਾਂ ਨੂੰ ਯਾਦ ਕਰਦੀ ਸੀ ਪਰੰਤੂ ਉਸ ਨੂੰ ਭਗਤੀ ਕਿਹਾ ਗਿਆ ਉਨਾ ਦੀ ਬੁੱਧੀ ਵਿੱਚ ਕੋਈ ਏਮ ਆਬਜੈਕਟ ਨਹੀਂ ਹੈ ਇਸ ਨੂੰ ਗਿਆਨ ਵੀ ਕਹਿੰਦੇ ਯੋਗ ਲਗਾਉਂਦੇ ਹੈ ਇੱਕ ਨੂੰ ਯਾਦ ਕਰਦੇ ਹੈ ਸਤਜੁਗ ਵਿੱਚ ਨਾ ਭਗਤੀ ਹੁੰਦੀ ਨਾ ਗਿਆਨ ਸੰਗਮ ਤੇ ਗਿਆਨ ਤੇ ਭਗਤੀ ਦੋਵੇਂ ਹੀ ਹੈ ਅਤੇ ਦੁਆਪਰ ਤੋਂ ਲੈ ਕੇ ਸਿਰਫ ਭਗਤੀ ਚਲਦੀ ਆਈ ਹੈ ਕਿਸੇ ਨੂੰ ਯਾਦ ਕਰਨਾ ਉਸ ਨੂੰ ਭਗਤੀ ਕਹਿੰਦੇ ਇੱਥੇ ਇਹ ਗਿਆਨ ਵੀ ਹੈ ਯੋਗ ਵੀ ਹੈ ਭਗਤੀ ਵੀ ਹੈ ਸਮਝ ਸਕਦੇ ਹੈ ਉਹ ਸਿਰਫ ਭਗਤ ਹੈ ਤਤਵ ਨਾਲ ਯੋਗ ਲਗਾਉਂਦੇ ਹੈ ਪਰੰਤੂ ਉਹਨਾਂ ਦਾ ਹੈ ਕਈਆਂ ਨਾਲ ਯੋਗ ਇਸ ਲਈ ਉਹਨਾਂ ਨੂੰ ਭਗਤ ਕਹਿੰਦੇ ਤੁਹਾਡਾ ਹੈ ਅਬਿਆ ਵਿਚਾਰੀ ਯੋਗ ਇਹ ਗਿਆਨ ਸਾਗਰ ਖੁਦ ਬੈਠ ਪੜ੍ਹਾਉਂਦੇ ਹੈ ਉਹਨਾਂ ਨਾਲ ਯੋਗ ਲਗਾਉਣਾ ਹੁੰਦਾ ਹੈ ਉਹ ਤਾਂ ਆਤਮਾ ਨੂੰ ਹੀ ਨਹੀਂ ਜਾਂਦੇ ਅਸੀਂ ਤਾਂ ਜਾਂਦੇ ਹਾਂ ਪਰਮ ਪਿਤਾ ਪਰਮਾਤਮਾ ਦੇ ਨਾਲ ਬੁੱਧੀ ਯੋਗ ਲਗਾਉਣ ਦੇ ਅਸੀਂ ਬਾਪ ਦੇ ਕੋਲ ਚਲੇ ਜਾਵਾਂਗੇ ਉਹ ਹਨੂਮਾਨ ਨੂੰ ਯਾਦ ਕਰਦੇ ਹੈ ਤਾਂ ਉਹਨਾਂ ਦਾ ਸਾਕਸ਼ਤਕਾਰ ਹੋ ਜਾਂਦਾ ਹੈ ਉਹਨਾਂ ਨੂੰ ਅਭਭਿਚਰੀ ਕਿਹਾ ਜਾਂਦਾ ਇਹ ਹੈ ਅਭਭਿਚਰੀ ਯੋਗ ਸਿਰਫ ਇੱਕ ਬਾਪ ਨੂੰ ਯਾਦ ਕਰਨਾ ਹੈ ਤਾਂ ਇਸ ਵਿੱਚ ਗਿਆਨ ਭਗਤੀ ਬੈਰਾਗ ਸਭ ਇਕੱਠੇ ਹੈ ਅਤੇ ਉਹ ਉਹਨਾਂ ਦਾ ਸਬਕ ਵਖ ਵਖ ਹੈ ਭਗਤੀ ਵਖ ਗਿਆਨ ਵੀ ਸਿਰਫ ਸ਼ਾਸਤਰਾਂ ਦਾ ਹੈ ਬੈਰਾਗ ਵੀ ਹੱਦ ਦਾ ਹੈ ਇੱਥੇ ਬੇहद ਦੀ ਗੱਲ ਹੈ ਅਸੀਂ ਬੇहद ਦੇ ਬਾਪ ਨੂੰ ਜਾਣਦੇ ਹਾਂ ਇਸ ਲਈ ਉਹਨਾਂ ਨੂੰ ਯਾਦ ਕਰਦੇ ਹੈ ਉਹ ਭਾਵੇਂ ਸ਼ਿਵ ਨੂੰ ਯਾਦ ਕਰਦੇ ਪਰੰਤੂ ਵਿਕਰਮ ਵਿਨਾਸ਼ ਨਹੀਂ ਹੋਣਗੇ ਕਿਉਂਕਿ ਉਹ ਆਕੂਪੇਸ਼ਨ ਨੂੰ ਨਹੀਂ ਜਾਣਦੇ ਵਿਕਰਮ ਵਿਨਾਸ਼ ਹੋਣ ਦਾ ਗਿਆਨ ਹੀ ਨਹੀਂ ਇੱਥੇ ਤਾਂ ਬਾਪ ਦੀ ਯਾਦ ਨਾਲ ਵਿਕਰਮ ਵਿਨਾਸ਼ ਹੁੰਦੇ ਹੈ ਉੱਥੇ ਕਾਸ਼ੀ ਕਲਵਟ ਖਾਂਦੇ ਹੈ ਤਾਂ ਵਿਕਰਮ ਵਿਨਾਸ਼ ਹੁੰਦੇ ਹੈ ਭੋਗਣਾ ਭੋਗਣੀ ਪੈਂਦੀ ਹੈ ਪਰੰਤੂ ਇਵੇਂ ਨਹੀਂ ਕਿ ਤੁਹਾਡੇ ਮੁਆਫਕ ਹੌਲੀ-ਹੌਲੀ ਕਰਮਾ ਤਿਤ ਵੰਦੇ ਹੈ ਨਹੀਂ ਉਹਨਾਂ ਦੇ ਵਿਕਰਮ ਸਜਵਾਂ ਖਾਂਦੇ ਖਾਂਦੇ ਖਤਮ ਹੁੰਦੇ ਹੈ ਮਾਫ ਨਹੀਂ ਹੋ ਜਾਂਦੇ ਤਾਂ ਇਹ ਪੜਾਈ ਵੀ ਹੈ ਗਿਆਨ ਵੀ ਹੈ ਯੋਗ ਵੀ ਹੈ ਇਸ ਵਿੱਚ ਸਭ ਹੈ ਸਿਖਾਉਣ ਵਾਲਾ ਇੱਕ ਹੀ ਬਾਪ ਹੈ ਇਸ ਨੂੰ ਆਸ਼ਮ ਅਤੇ ਇੰਸਟੀਚਿਊਟ ਕਿਹਾ ਜਾਂਦਾ ਹੈ ਲਿਖਿਆ ਹੋਇਆ ਬੜਾ ਚੰਗਾ ਹੈ ਅੱਗੇ ਓਮ ਮੰਡਲੀ ਨਾਮ ਰੋਂਗਸੀ ਹੁਣੇ ਸਮਝ ਆਈ ਹੈ ਇਹ ਨਾਂ ਬਿਲਕੁਲ ਚੰਗਾ ਹੈ ਕਿਸੇ ਨੂੰ ਵੀ ਸਮਝਾ ਸਕਦੇ ਹੋ ਕਿ ਬ੍ਰਹਮਾ ਕੁਮਾਰ ਤਾਂ ਤੁਸੀਂ ਵੀ ਹੈ ਬਾਪ ਹੈ ਸਬਦਾ ਰਚੈਤਾ ਉਹਨਾਂ ਨੂੰ ਪਹਿਲੇ ਪਹਿਲੇ সূક્ષਮ ਬਤਨ ਰਚਨਾ ਹੈ ਬ੍ਰਹਮਾ ਵਿਸ਼ਨੂੰ ਸ਼ੰਕਰ ਹੈ সূક્ષਮ ਬਤਨ ਵਸੀ ਨਮੀ ਸ੍ਰਿਸ਼ਟੀ ਰਚਦੇ ਹੈ ਤਾਂ ਜ਼ਰੂਰ ਪ੍ਰਜਾ ਪਿਤਾ ਬ੍ਰਹਮਾ ਚੈਦਾ ਹੈ সূક્ષਮ ਬਤਨ ਵਾਲਾ ਤੇ ਇੱਥੇ ਆ ਨਹੀਂ ਸਕਦੇ ਉਹ ਹੈ ਸੰਪੂਰਨ ਅਵਿਅਕਤ ਇੱਥੇ ਤਾਂ ਸਾਕਾਰ ਬ੍ਰਹਮਾ ਚਾਹੀਦਾ ਹੈ ਨਾ ਉਹ ਕਿੱਥੋਂ ਤੋਂ ਆਏ ਮਨੁੱਖ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦੇ ਚਿੱਤਰ ਤੇ ਹੈ ਨਾ ਬ੍ਰਹਮਾ ਤੋਂ ਬ੍ਰਾਹਮਣ ਪੈਦਾ ਹੋਏ ਪਰੰਤੂ ਬ੍ਰਹਮਾ ਆਏ ਕਿੱਥੋਂ ਤੇ ਫਿਰ ਅਡਾਪਸ਼ਨ ਹੁੰਦੀ ਹੈ ਜਿਵੇਂ ਕਿਸੇ ਰਾਜੇ ਦੇ ਬੱਚਾ ਨਹੀਂ ਹੁੰਦਾ ਤਾਂ ਅਡਾਪਟ ਕਰਦੇ ਹੈ ਬਾਪ ਵੀ ਇਹਨਾਂ ਨੂੰ ਅਡਾਪਟ ਕਰਦੇ ਹੈ ਫਿਰ ਨਾਮ ਬਦਲ ਕੇ ਰੱਖਦੇ ਹੈ ਪ੍ਰਜਾਪਤਾ ਬ੍ਰਹਮਾ ਉਹ ਉੱਪਰ ਵਾਲੇ ਦੇ ਹੇਠਾਂ ਆ ਨਹੀਂ ਸਕਦੇ ਹੇਠਾਂ ਵਾਲੇ ਨੂੰ ਉੱਪਰ ਜਾਣਾ ਹੈ ਉਹ ਹੈ ਅਵਿਅਕਤ ਇਹ ਹੈ ਵਿਅਕਤ ਤਾਂ ਇਸ ਭੇਦ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਹੈ ਕਿਉਂਕਿ ਸਬਦਾ ਪ੍ਰਸ਼ਨ ਉੱਠਦਾ ਹੈ ਕਹਿੰਦੇ ਹੈ ਦਾਦਾ ਨੂੰ ਵੀ ਕਦੇ ਬ੍ਰਹਮਾ ਕਦੇ ਭਗਵਾਨ ਕਦੇ ਕ੍ਰਿਸ਼ਨ ਕਹਿੰਦੇ ਹੈ ਹੁਣ ਇਹਨਾਂ ਨੂੰ ਭਗਵਾਨ ਤੇ ਕਹਿ ਨਹੀਂ ਜਾਂਦਾ ਬਾਕੀ ਬ੍ਰਹਮਾ ਅਤੇ શ્રી ਕ੍ਰਿਸ਼ਨ ਨੂੰ ਤੋਹ ਕਹਿ ਸਕਦੇ ਹਾਂ ਯੋਗੀ શ્રીਕ੍ਰਿਸ਼ਨ ਸੁੰਦਰ ਤੋਂ ਸ਼ਾਮ ਬੰਦਾ ਹੈ ਤਾਂ ਜਦ ਰਾਤ ਹੈ ਤਾਂ ਕਹਾਂਗੇ ਬ੍ਰਹਮਾ ਜਦ ਦਿਨ ਹੈ ਤਾਂ ਕਹਾਂਗੇ શ્રીਕ੍ਰਿਸ਼ਨ શ્રીਕ੍ਰਿਸ਼ਨ ਦੀ ਆਤਮਾ ਤਾਂ ਹੁਣ ਇਹ ਅੰਤਿਮ ਜਨਮ ਹੈ ਅਤੇ ਇਹ શ્રીਕ੍ਰਿਸ਼ਨ ਹੈ ਆਦੀ ਦਾ ਜਨਮ ਇਹ ਕਲੀਅਰ ਕਰ ਲਿਖਣਾ ਪਏ 84 ਜਨਮ ਰਾਦੇ ਕ੍ਰਿਸ਼ਨ ਦੇ ਜਾਂ ਲక్ష్ਮੀ ਨਾਰਾਇਣ ਦੇ ਦੱਸਣੇ ਪੈਂਦੇ ਇੱਥੇ ਫਿਰ ਉਹਨਾਂ ਨੂੰ ਐਡਾਪਟ ਕਰਦੇ ਹੈ ਤਾਂ ਬ੍ਰਹਮਾ ਦਾ ਦਿਨ ਅਤੇ ਬ੍ਰਹਮਾ ਦੀ ਰਾਤ ਹੋ ਜਾਂਦੀ ਹੈ। ਉਹੀ ਫਿਰ ਲక్ష్ਮੀ ਨਾਰਾਇਣ ਦਾ ਦਿਨ ਅਤੇ ਰਾਤ ਉਹਨਾਂ ਦੀ ਵੰਸ਼ਾਵਲੀ ਦਾ ਵੀ ਇਵੇਂ ਹੀ ਹੋਇਆ। ਤੁਸੀਂ ਹੁਣ ਬ੍ਰਾਹਮਣ ਕੁੱਲ ਦੇ ਹੈ ਫਿਰ ਦੇਵਤਾ ਕੁੱਲ ਦੇ ਬਣੋਗੇ। ਤਾਂ ਬ੍ਰਹਮਾ ਕੁਮਾਰ ਕੁੜੀਆਂ ਦਾ ਵੀ ਦਿਨ ਅਤੇ ਰਾਤ ਹੋਇਆ ਨਾ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹੈ। ਚਿੱਤਰਾਂ ਵਿੱਚ ਵੀ ਕਲੀਅਰ ਹੈ। ਇੱਥਾਂ ਤਪੱਸਿਆ ਕਰ ਰਹੇ ਹੈ। ਅੰਤਿਮ ਜਨਮ ਹੈ। ਬ੍ਰਹਮਾ ਆਵੇ ਕਿੱਥੋਂ ਦੀ? ਕਿਸ ਤੋਂ ਪੈਦਾ ਹੋਣ ਤਾਂ ਬ੍ਰਹਮਾ ਨੂੰ ਅਡਾਪਟ ਕਰਦੇ ਹੈ ਜਿਵੇਂ ਰਾਜੇ ਅਡਾਪਟ ਕਰਦੇ ਹੈ ਫਿਰ ਉਹਨਾਂ ਨੂੰ ਰਾਜਕੁਮਾਰ ਕਹਿੰਦੇ ਹੈ ਟਰਾਂਸਫਰ ਕਰ ਦਿੰਦੇ ਹੈ ਪ੍ਰਿੰਸ ਆਫ ਫਲਾਨਾ ਪਹਿਲੇ ਤਾਂ ਪ੍ਰਿੰਸ ਨਹੀਂ ਸੀ ਰਾਜੇ ਨੇ ਅਡਾਪਟ ਕੀਤਾ ਤਾਂ ਨਾਮ ਪਿਆ ਪ੍ਰਿੰਸ ਇਹ ਰਸਮ ਚਲਦੀ ਆਈ ਹੈ ਬੱਚਿਆਂ ਨੂੰ ਇਹ ਬੁੱਢੇ ਵਿੱਚ ਆਉਣਾ ਚਾਹੀਦਾ ਹੈ ਦੁਨੀਆ ਨਹੀਂ ਜਾਣਦੀ ਕਿ ਬਾਪ ਕਿਵੇਂ ਪੁਰਾਣੀ ਦੁਨੀਆ ਦਾ ਵਿਨਾਸ਼ ਅਤੇ ਨਵੀਂ ਦੁਨੀਆ ਦੀ ਸਥਾਪਨਾ ਕਰਦੇ ਹੈ ਇਹ ਰੋਸ਼ਨੀ ਤੁਸੀਂ ਬੱਚਿਆਂ ਨੂੰ ਹੈ ਤੁਹਾਡੇ ਵਿੱਚ ਵੀ ਨੰਬਰ 1 ਹੈ ਅੱਗੇ ਚੱਲ ਕੇ ਛੋਟੀਆਂ-ਛੋਟੀਆਂ ਬੱਚਿਆਂ ਵੀ ਬਹੁਤ ਤਿੱਖੀਆਂ ਹੁੰਦੀਆਂ ਜਾਣਗੀਆਂ ਕਿਉਂਕਿ ਕੁਮਾਰੀਆਂ ਹੈ ਲਿਖਿਆ ਹੋਇਆ ਵੀ ਹੈ ਕਿ ਕੁਮਾਰੀਆਂ ਦੁਆਰਾ ਬਾਣ ਮਰਵਾਏ ਕੁਮਾਰੀਆਂ ਦਾ ਚਮਤਕਾਰ ਨੰਬਰ 1 ਵਿੱਚ ਗਿਆ ਹੈ ਅਮ ਮਮਾ ਵੀ ਕੁਮਾਰੀ ਹੈ ਸਭ ਤੋਂ ਤਿੱਖੀ ਗਈ ਹੈ ਇਹ ਜਾਂਦਾ ਹੈ ਡਾਕਟਰ ਸ਼ੂਜ਼ ਮਦਰ ਮਦਰ ਤਾਂ ਨਹੀਂ ਬੈਠ ਕਿਸ ਨਾਲ ਗੱਲ ਕਰੇਗੀ ਇਹ ਮਾਂ ਤਾਂ ਹੋ ਗਈ ਗੁਪਤ ਉਹ ਮੰਮਾ ਹੈ ਪ੍ਰਤੱਖ ਤਾਂ ਤੁਸੀਂ ਸ਼ਕਤੀਆਂ ਤੇ ਬੱਚਿਆਂ ਦਾ ਕੰਮ ਹੈ ਮਾਂ ਦਾ ਸ਼ੋਕ ਕਰਨਾ ਬਹੁਤ ਚੰਗੀਆਂ ਚੰਗੀਆਂ ਬੱਚੀਆਂ ਵੀ ਹੈ ਜਿਨ੍ਹਾਂ ਦਾ ਪਰਸਾਰਥ ਚੰਗਾ ਚੱਲਦਾ ਹੈ ਕਾਰਬ ਸੰਪਰਦਾਇ ਵਿੱਚ ਵੀ ਕਿਸੇ ਦੇ ਮਨੁੱਖ ਨਾਮ ਹੈ ਨਾ ਜੋ ਮਹਾਰਥੀ ਹੈ ਮੁੱਖ ਨਾਮ ਹੈ ਨਾ ਜੋ ਮਹਾਰਥੀ ਹੈ ਇੱਥੇ ਵੀ ਮਹਾਰਥੀਆਂ ਦੇ ਨਾਮ ਹੈ ਸਭ ਤੋਂ ਵੱਡਾ ਹੈ ਸ਼ਿਵਾਵਾ ਉੱਚ ਤੇ ਉੱਚ ਭਗਵਾਨ ਉਹਨਾਂ ਦਾ ਉੱਚਾ ठाਵ ਹੈ ਅਸਲ ਵਿੱਚ ठाਵ ਰਹਿਣ ਦਾ ਸਥਾਨ ਤਾਂ ਸਾਡਾ ਆਤਮਾ ਮਾ ਦਾ ਵੀ ਉੱਚ ਹੈ ਮਨੁਖਤਾ ਸਿਰ ਮਹਿਮਾ ਕਰਦੇ ਰਹਿੰਦੇ ਜਾਣਦੇ ਕੁਝ ਵੀ ਨਹੀਂ ਹੈ ਅਸੀਂ ਆਤਮਾ ਵੀ ਉੱਥੇ ਦੀਆਂ ਰਹਿਣ ਵਾਲੀਆਂ ਹਾਂ ਪਰੰਤੂ ਸਾਨੂੰ ਜਨਮ ਮਰਨ ਵਿੱਚ ਆ ਕੇ ਪਾਟ ਵਜਾਉਣਾ ਹੈ ਉਹ ਜਨਮ ਮਨ ਵਿੱਚ ਨਹੀਂ ਆਉਂਦੇ ਪਾਟ ਉਹਨਾਂ ਦਾ ਵੀ ਹੀ ਇਹ ਪ੍ਰੰਤੂ ਕਿਵੇਂ ਹੈ ਇਹ ਵੀ ਤੁਸੀਂ ਜਾਂਦੇ ਹੈ ਹੁਣ ਤੁਸੀਂ ਬੱਚੇ ਸਮਝਦੇ ਹੋ ਇਹ ਸ਼ਿਵ 바ਵਾ ਦਾ ਰਥ ਹੈ ਅਸ਼ਵ ਜਾਂ ਘੋੜਾ ਵੀ ਹੈ ਬਾਕੀ ਉਹ ਘੋੜਾ ਗੱਡੀ ਨਹੀਂ ਹੈ ਇਹ ਵੀ ਜੋ ਭੁੱਲੇ ਹੋਏ ਹੈ ਇਹ ਡਰਾਮੇ ਵਿੱਚ ਨੂਦ ਹੈ ਆਦਾ ਕਿ ਅਸੀਂ ਵੀ ਭੁੱਲ ਵਿਚ ਪਟਕਦੇ ਪਟਕਦੇ ਇਕਦਮ ਪਟਕ ਜਾਂਦੇ ਹਾਂ ਹੁਣ ਰੋਸ਼ਨੀ ਮਿਲੀ ਹੈ ਤਾਂ ਬਹੁਤ ਖਬਰਦਾਰ ਹੋ ਗਏ ਹਨ ਜਾਣਦੇ ਹੈ ਇਹ ਪੁਰਾਣੀ ਦੁਨੀਆ ਖਤਮ ਹੋਣੀ ਹੈ ਸਾਨੂੰ ਨਸ਼ਟੋ ਮੁਹਾ ਬਣਨਾ ਹੈ ਕਮਲ ਫੁੱਲ ਸਮਾਨ ਘਰਾਸਤ ਵਿਵਹਾਰ ਵਿੱਚ ਰਹਿੰਦੇ ਨਸ਼ਟੋ ਮੁਹਾ ਬਣਦਾ ਪੁਰਸ਼ਾਰਤ ਕਰਨਾ ਹੈ ਤੋੜਤਾ ਸਬਨਾ ਨਿਵਾਨਾ ਹੈ ਨਾਲ ਵੀ ਰਹਿਣਾ ਹੈ ਇਹ ਪੱਠੀ ਵੀ ਬਣੀ ਸੀ ਜਿਵੇਂ ਕਲਪ ਪਹਿਲੇ ਬਣੀ ਸੀ ਹੁਣ ਤੱਕ ਕਹਿੰਦੇ ਹੈ ਗ੍ਰਸਥ ਵਿੱਚ ਰੇ ਮਿਹਨਤ ਕਰਨੀ ਹੈ ਇੱਥੇ ਘਰਵਾਰ ਛੱਡਣ ਦੀ ਗੱਲ ਹੀ ਨਹੀਂ ਅਸੀਂ ਤਾਂ ਘਰ ਵਿੱਚ ਬੈਠੇ ਹਾਂ ਨਾ ਕਿੰਨੇ ਬੱਚੇ ਹੈ ਲੋਕਿਕ ਵੀ ਸੀ ਨਾ ਛੱਡਿਆ ਕੁਝ ਵੀ ਨਹੀਂ ਸੰਨਿਆਸੀਆ ਸੰਨਿਆਸੀ ਤਾਂ ਜੰਗਲ ਵਿੱਚ ਚਲੇ ਜਾਂਦੇ ਹੈ ਅਸੀਂ ਤਾਂ ਸ਼ਹਿਰ ਵਿੱਚ ਬੈਠੇ ਹਾਂ ਤਾਂ ਉਹਨਾਂ ਨਾਲ ਤੋੜ ਨਿਵਾਣਾ ਹੈ ਬਾਪ ਦੀ ਰਚਨਾ ਹੈ ਬਾਪ ਕਮਾ ਕੇ ਬੱਚਿਆਂ ਨੂੰ ਬਰਸਾ ਦਿੰਦੇ ਹੈ ਪਹਿਲੇ ਤਾਂ ਵਰਸਾ ਦਿੰਦੇ ਹੈ ਕਾਮ ਵਿਕਾਰ ਦਾ ਫਿਰ ਉਸ ਤੋਂ ਛੁਡਾ ਕੇ ਨਿਰਵਿਕਾਰੀ ਬਣਾਣਾ ਬਾਪ ਦਾ ਹੀ ਕੰਮ ਹੈ ਇਵੇਂ ਵੀ ਹੁੰਦਾ ਹੈ ਕਿਦਰੇ ਬੱਚੇ ਮਾਪਾ ਨੂੰ ਗਿਆਨ ਦਿੰਦੇ ਹੈ ਕਿਦਰੇ ਮਾਪਾ ਬੱਚਿਆਂ ਨੂੰ ਗਿਆਨ ਦਿੰਦੇ ਹੈ ਇਹ ਹੈ ਹੀ ਰਾਜਯੁਗ ਉਹ ਹੈ ਹਠਯੁਗ ਆਤਮਾ ਨੂੰ ਨੌਲੇਜ ਮਿਲਦੀ ਹੈ ਪਰਮਾਤਮਾ ਤੋਂ ਮੈਂ ਬ੍ਰਹਮਾ ਰਾਜਿਆਂ ਦਾ ਰਾਜਾ ਸੀ ਹੁਣ ਰੰਕ ਬਣਿਆ ਹਾਂ ਰੰਗ ਤੋਂ 라ਵ ਗਿਆ ਹੋਇਆ ਹੈ ਬੱਚੇ ਜਾਣਦੇ ਹੈ ਅਸੀਂ ਜੋ ਸੂਰਜ ਵੰਛੇ ਸੀ ਹੁਣ ਚੰਦਰ ਸੁਦਰਵੰਸੀ ਬਣੇ ਹਾਂ ਇਹ ਵੀ ਸਮਝਾਉਣਾ ਪੈਂਦਾ ਹੈ ਨਰਕ ਤੇ ਸਵਰਗ ਵੱਖ ਹੈ ਮਨੁੱਖ ਇਹ ਨਹੀਂ ਜਾਣਦੇ ਤੁਹਾਡੇ ਵਿੱਚ ਵੀ ਕਿੰਨੇ ਬੱਚੇ ਕੁਝ ਨਹੀਂ ਜਾਣਦੇ ਕਿਉਂਕਿ ਤਕਦੀਰ ਵਿੱਚ ਨਹੀਂ ਹੈ ਤਾਂ ਪੁਰਸ਼ਾਰਥ ਕੀ ਕਰਨਗੇ ਕਈਆਂ ਦੀ ਤਕਦੀਰ ਵਿੱਚ ਕੁਝ ਨਹੀਂ ਹੈ ਕਈਆਂ ਦੀ ਤਕਦੀਰ ਵਿੱਚ ਸਭ ਕੁਝ ਨਹੀਂ ਹੈ ਕਕਦੀਰ ਪੁਸ਼ਾਰਤ ਕਰਵਾਉਂਦੀ ਹੈ ਤਕਦੀਰ ਨਹੀਂ ਹੈ ਤਾਂ ਪੁਸ਼ਾਰਤ ਕੀ ਕਰੋਗੇ ਇੱਕ ਹੀ ਸਕੂਲ ਹੈ ਚਲਦਾ ਰਹਿੰਦਾ ਹੈ ਕਈ ਬੱਚੇ ਅੱਧ ਵਿੱਚ ਡਿੱਗ ਪੈਂਦੇ ਕਈ ਚਲਦੇ ਚਲਦੇ ਮਰ ਜਾਂਦੇ ਜਨਮ ਲੈਣਾ ਅਤੇ ਕਰਨਾ ਬਹੁਤ ਹੁੰਦਾ ਹੈ ਇਹ ਨੌਲੇਜ ਕਿੰਨੀ ਵੰਡਰਫੁਲ ਹੈ ਨੌਲੇਜ ਤਾਂ ਬਹੁਤ ਸਹਿਜ ਹੈ ਬਾਕੀ ਕਰਮਾ ਦੀ ਤਵਸਥਾ ਨੂੰ ਪਾਉਣ ਵਿੱਚ ਹੀ ਮਿਹਨਤ ਸਾਰੀ ਹੈ ਜਦੋਂ ਵਿਕਰਮ ਵਿਨਾਸ਼ ਹੋਣ ਤਾਂ ਹੀ ਤੇ ਉੱਡ ਸਕਣ ਧਿਆਨ ਨਾਲੋਂ ਗਿਆਨ ਸ੍ਰਿਸ਼ਟ ਹੈ ਧਿਆਨ ਵਿੱਚ ਮਾਇਆ ਦੇ ਵਿਗਨ ਬਹੁਤ ਆਉਂਦੇ ਹੈ ਇਸ ਲਈ ਧਿਆਨ ਨਾਲੋਂ ਗਿਆਨ ਚੰਗਾ ਹੈ ਇਵੇਂ ਨਹੀਂ ਕਿ ਯੋਗ ਤੋਂ ਗਿਆਨ ਚੰਗਾ ਹੈ ਧਿਆਨ ਦੇ ਲਈ ਕਿਹਾ ਜਾਂਦਾ ਹੈ ਧਿਆਨ ਦੇ ਵਿੱਚ ਜਾਣ ਵਾਲੇ ਅਜ ਹੈ ਨਹੀਂ ਯੋਗ ਨਾਲ ਤੇ ਕਮਾਈ ਹੁੰਦੀ ਹੈ ਵਿਕਰਮ ਵਿਨਾਸ਼ ਹੁੰਦੇ ਹੈ ਧਿਆਨ ਵਿੱਚ ਕੋਈ ਕਮਾਈ ਨਹੀਂ ਹੈ ਯੋਗ ਅਤੇ ਗਿਆਨ ਵਿੱਚ ਕਮਾਈ ਹੈ ਗਿਆਨ ਤੇ ਯੋਗ ਬਿਨਾ ਹੈਲਦੀ ਵੈਲਦੀ ਬਣ ਨਹੀਂ ਸਕਦੇ ਫਿਰ ਇਹ ਘੁੰਮਣ ਫਿਰਨ ਦੀ ਇੱਕ ਆਦਤ ਪੈ ਜਾਂਦੀ ਹੈ ਉਹ ਵੀ ਠੀਕ ਨਹੀਂ ਹੈ ਧਿਆਨ ਨੁਕਸਾਨ ਬਹੁਤ ਕਰਦਾ ਹੈ ਗਿਆਨ ਵੀ ਹੈ ਸੈਕਿੰਡ ਦਾ ਜੋ ਕੋਈ ਸੈਕਿੰਡ ਦਾ ਨਹੀਂ ਹੈ ਜਿੱਥੇ ਜੁਣਾ ਹੈ ਉੱਥੇ ਯੋਗ ਲਗਾਉਂਦੇ ਰਹਿਣਾ ਹੈ ਗਿਆਨ ਤੇ ਸਹਿਜ ਹੈ ਮਾ ਕੀ ਐਵਰ ਹੈਲਦੀ ਨਿਰੋਗੀ ਬਣਨਾ ਇਸ ਵਿੱਚ ਮਿਹਨਤ ਹੈ ਸਵੇਰੇ ਉੱਠ ਕੇ ਯਾਦ ਵਿੱਚ ਬੈਠਣ ਵਿੱਚ ਵੀ ਬਹੁਤ ਵਿਗਨ ਪੈਂਦੇ ਹੈ ਪੁਆਇੰਟ ਕਾਲਦੇ ਹੈ ਤਾਂ ਵੀ ਬੁੱਧੀ ਕਿੱਥੇ ਦੀ ਕਿੱਥੇ ਚਲੀ ਜਾਂਦੀ ਹੈ ਸਭ ਤੋਂ ਜ਼ਿਆਦਾ ਤੂਫਾਨ ਤੇ ਪਹਿਲੇ ਨੰਬਰ ਵਾਲੇ ਨੂੰ ਆਉਣਗੇ ਨਾ ਸ਼ਿਭਾਵਾ ਨੂੰ ਤੇ ਨਹੀਂ ਆ ਸਕਦੇ ਬਾਬਾ ਹਮੇਸ਼ਾ ਸਮਝਾਉਂਦੇ ਰਹਿੰਦੇ ਹੈ ਤੂਫਾਨ ਤਾਂ ਬਹੁਤ ਆਣਗੇ ਜਿੰਨਾ ਯਾਦ ਵਿੱਚ ਰਹਿਣ ਦੀ ਕੋਸ਼ਿਸ਼ ਕਰਾਂਗੇ ਉਨੇ ਤੂਫਾਨ ਬਹੁਤ ਆਣਗੇ ਉਹਨਾਂ ਤੋਂ ਡਰਨਾ ਨਹੀਂ ਹੈ ਯਾਦ ਵਿੱਚ ਰਹਿਣਾ ਹੈ ਸਥਿਰ ਹੋਣਾ ਹੈ ਤੂਫਾਨ ਕੋਈ ਹਿਲਾ ਨਹੀਂ ਸਕਦਾ ਇਹ ਅੰਤ ਦੀ ਅਵਸਥਾ ਹੈ ਇਹ ਹੈ ਰੋਹਾਨੀ ਰੇਸ ਸ਼ਿ ਬਾਬਾ ਨੂੰ ਯਾਦ ਕਰੋ ਇਹ ਵੀ ਸਮਝਣ ਦੀਆਂ ਅਤੇ ਤਰਨ ਕਰਨ ਦੀਆਂ ਗੱਲਾਂ ਹੈ ਤਨਦਾਨ ਨਹੀਂ ਕਰਨਗੇ ਤਾਂ ਤਾਰਨਾ ਨਹੀਂ ਹੋਵੇਗੀ ਪੂਸ਼ਾਰਤ ਕਰਨਾ ਚਾਹੀਦਾ ਹੈ ਦੋ ਬਾਪ ਦੀ ਪੁਆਇੰਟਸ ਕਿਸੇ ਨੂੰ ਸਮਝਾਣਾ ਬਹੁਤ ਇਜ਼ੀ ਹੈ ਇਹ ਵੀ ਤੁਸੀਂ ਹੀ ਜਾਂਦੇ ਹੈ ਬਾਪ 21 ਜਨਮਾਂ ਦਾ ਵਰਸਾ ਦਿੰਦੇ ਹੈ ਤੁਸੀਂ ਕਹੋਗੇ ਇੰਨਾ ਲక్ష్ਮੀ ਨਾਰਾਇਣ ਨੂੰ ਬਾਪ ਤੋਂ 21 ਜਨਮਾਂ ਦਾ ਵਰਸਾ ਮਿਲਿਆ ਹੈ ਬਾਪ ਨੇ ਉਹਨਾਂ ਨੂੰ ਰਾਜਯੋਗ ਸਿਖਾਇਆ ਹੋਰ ਕੋਈ ਮੂੰਹ ਤੋਂ ਕਹਿ ਨਹੀਂ ਸਕਦਾ ਕਿ ਉਹਨਾਂ ਨੂੰ ਭਗਵਾਨ ਨੇ ਇਹ ਰਸਤਾ ਦਿੱਤਾ ਹੈ ਦੁਨੀਆ ਵਿੱਚ ਕੋਈ ਕਿਸ ਗੱਲ ਵਿੱਚ ਕੋਈ ਕਿਸ ਗੱਲ ਵਿੱਚ ਖੁਸ਼ ਰਹਿੰਦੇ ਹੈ ਤੁਸੀਂ ਜਿਸ ਗੱਲ ਤੇ ਖੁਸ਼ ਹੈ ਉਸ ਨੂੰ ਕੋਈ ਨਹੀਂ ਜਾਣਦੇ ਮਨੁੱਖਤਾ ਅਰਬ ਕਾਲ ਛਣ ਭੁੰਗਰ ਦੇ ਲਈ ਖੁਸ਼ੀ ਮਨਾਉਂਦੇ ਹੈ ਤੁਸੀਂ ਉਹ ਸੱਚੇ ਬ੍ਰਾਹਮਣ ਕੁਲਭੂਸ਼ਣ ਜੋ ਜੋਗੀ ਅਤੇ ਕੈਨੇ ਹੈ ਤੁਹਾਡੇ ਇਸ ਅਤੀ ਇੰਦਰੀ ਸੁਖ ਦੀ ਖੁਸ਼ੀ ਨੂੰ ਹੋਰ ਕੋਈ ਜਾਣ ਨਹੀਂ ਸਕਦਾ ਉਹ ਤਾਂ ਕੀ ਕੀ ਮੱਥਾ ਮਾਰਦੇ ਰਹਿੰਦੇ ਹੈ ਮੂੰਹ ਤੇ ਜਾਣ ਦਾ ਪ੍ਰਸ਼ਾਰਥ ਕਰਦੇ ਹੈ ਬਹੁਤ ਡਿਫਿਕਲਟ ਮਿਹਨਤ ਕਰਦੇ ਹੈ ਉਹਨਾਂ ਸਭ ਦੀ ਮਿਹਨਤ ਬਰਬਾਦ ਹੋ ਜਾਣੀ ਹੈ ਤੁਸੀਂ ਬਿਨਾ ਕੋਈ ਤਕਲੀਫ ਤੇ ਅਜਿਹੀ ਜਗ੍ਹਾ ਜਾਣ ਦਾ ਪ੍ਰਸ਼ਾਰਥ ਕਰਦੇ ਹੈ ਜਿੱਥੇ ਹੋਰ ਕੋਈ ਜਾ ਨਹੀਂ ਸਕਦੇ ਇੱਕਦਮ ਉੱਚ ਤੇ ਉੱਚ ਪਰਮਦਾਮ ਵਿੱਚ ਜਾਂਦੇ ਹੈ ਅੱਛਾ ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਧਾਰਨਾ ਲਈ ਮੁੱਖ ਆਸਾਰ ਨੰਬਰ 1 ਪਰ ਘਰਸਥ ਵਿਵਹਾਰ ਵਿੱਚ ਰੰਦੇ ਨਸ਼ਟੋ 모ਹਾ ਵੀ ਬੰਣਾ ਹੈ ਨਾਲ ਨਾਲ ਸਭ ਨਾਲ ਤੋੜ ਨਿਵਾੰਦੇ ਕਮਲ ਫੁੱਲ ਸਮਾਨ ਰਹਿਣਾ ਹੈ ਨੰਬਰ ਦੂਸਰਾ ਧਾਰਨਾ ਕਰਨ ਦੇ ਲਈ ਗਿਆਨ ਤਨ ਦਾ ਦਾਨ ਜ਼ਰੂਰ ਕਰਨਾ ਹੈ ਗਿਆਨ ਅਤੇ ਯੋਗ ਨਾਲ ਆਪਣੀ ਕਮਾਈ ਜਮਾ ਕਰਨੀ ਹੈ ਬਾਕੀ ਧਿਆਨ ਦੀਦਾਰ ਦੀ ਆਸ ਨਹੀਂ ਰੱਖਣੀ ਹੈ ਵਰਦਾਨ ਹੈ ਅੱਜ ਦਾ ਸੰਤੁਸ਼ਟਤਾ ਦਾ ਸਰਟੀਫਿਕੇਟ ਦੁਆਰਾ ਭਵੇਖ ਰਾਜਪਾਗ ਦਾ ਤਖਤ ਪ੍ਰਾਪਤ ਕਰਨ ਵਾਲੇ ਸੰਤੁਸ਼ਟ ਮੂਰਤੀ ਭਵ ਸੰਤੁਸ਼ਟਤਾ ਦੇ ਸਰਟੀਫਿਕੇਟ ਦੁਆਰਾ ਭਵੇਖ ਰਾਜਪਾਗ ਦਾ ਤਖਤ ਪ੍ਰਾਪਤ ਕਰਨ ਵਾਲੇ ਸੰਤੁਸ਼ਟ ਮੂਰਤੀ ਭਵ ਆਜ ਬਾਬਾ ਆਖਦੇ ਨੇ ਸੰਤੁਸ਼ਟ ਰਹਿਣਾ ਹੈ ਅਤੇ ਸਭ ਨੂੰ ਸੰਤੁਸ਼ਟ ਕਰਨਾ ਹੈ ਇਸ ਸਲੋਗਨ ਸਦਾ ਤੁਹਾਡੇ ਮੱਥੇ ਰੂਪੀ ਬੋਰਡ ਤੇ ਲਿਖਿਆ ਹੋਵੇ ਕਿਉਂਕਿ ਇਸੇ ਸਰਟੀਫਿਕੇਟ ਵਾਲੇ ਭਵਿਕ ਵਿੱਚ ਰਾਜ ਭਾਗ ਦਾ ਸਰਟੀਫਿਕੇਟ ਲੈਣਗੇ ਤਾਂ ਰੋਜ਼ ਅਮਰਤ ਵੇਲੇ ਇਸ ਸਲੋਗਨ ਨੂੰ ਸਮ੍ਰਿਤੀ ਵਿੱਚ ਲਿਆਓ ਜਿਵੇਂ ਬੋਰਡ ਦੇ ਸਲੋਗਨ ਲਿਖਦੇ ਹੈ ਇਹ ਮੇ ਸਦਾ ਆਪਣੇ ਮੱਥੇ ਤੇ ਬੋਰਡ ਦੇ ਇਸ ਸਲੋਗਨ ਦੜਾਓ ਤਾਂ ਸਭ ਸੰਤੁਸ਼ਟ ਮੂਰਤੀਆਂ ਹੋ ਜਾਓਗੇ ਜੋ ਸੰਤੁਸ਼ਟ ਹੈ ਉਹ ਸਦਾ ਪਰਸਨ ਹੈ ਸਲੂਗਨ ਅਜਦਾ ਆਪਸ ਵਿੱਚ ਸਨੇਹ ਅਤੇ ਸੰਤੁਸ਼ਟਤਾ ਸੰਪਨ ਵਿਵਹਾਰ ਕਰਨ ਵਾਲੇ ਹੀ ਸਫਲਤਾ ਮੂਰਤ ਬੰਦੇ ਹੈ ਆਪਸ ਵਿੱਚ ਸਨੇਹ ਅਤੇ ਸੰਤੁਸ਼ਟਤਾ ਸੰਪਨ ਵਿਵਹਾਰ ਕਰਨ ਵਾਲੇ ਹੀ ਸਫਲਤਾ ਮੂਰਤ ਬੰਦੇ ਹੈ ਅੱਛਾ ਓਮ ਸ਼ਾਂਤੀ